ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਿਹਤਮੰਤ ਤੇ ਤੰਦਰੁਸਤ ਹੋਗੇ ਤਾਂ ਕਿਸਾਨ ਵੀਰੋ ਆਓ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਆਰੇਟਾਂ ਦੀ ਤੇ ਜਿੱਦਾਂ ਕਿ ਆਪਾਂ ਹਰ ਦਿਨ ਤੁਹਾਨੂੰ ਝੋਨੇ ਦੇ ਆਰੇਟਾਂ ਨਾਲ ਅਪਡੇਟ ਕਰ ਰਹੇ ਹਾਂ ਅਤੇ ਐਸੇ ਤਰ੍ਹਾਂ ਹੀ ਹਰ ਦਿਨ ਅਪਡੇਟ ਕਰਦੇ ਰਹਾਂਗੇ ਤਾਂ ਕਿਸਾਨ ਵੀਰੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਇਸ YouTube ਚੈਨਲ ਤੇ ਨਵੇਂ ਹਨ ਤਾਂ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜਿਹੜੇ ਮੇਰੇ ਵੀਰ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਆ ਉਹ Facebook ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਅਤੇ ਇੱਕ ਹੋਰ ਜ਼ਰੂਰੀ ਸੂਚਨਾ ਹੈ ਮੇਰੇ ਵੀਰੋ ਜਿਹੜੇ ਮੇਰੇ ਵੀਰ ਆਪੋ ਆਪਣਾ ਝੋਨਾ ਮੰਡੀਆਂ 'ਚ ਵੇਚਦੇ ਆ ਤਾਂ ਉਹ ਆਪਣੇ ਝੋਨੇ ਦਾ ਜੋ ਵੀ ਰੇਟ ਲੱਗਦਾ ਹੈ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਨੂੰ ਹਰੇ ਏਰੀਏ ਦਾ ਅਤੇ ਜੋ ਕਿਸਾਨ ਵੀਰੇ ਵੀਡੀਓ ਦੇਖਦੇ ਹੋ ਉਹਨਾਂ ਨੂੰ ਵੀ ਹਰੇ ਏਰੀਏ ਦੇ ਝੋਨੇ ਦੇ ਰੇਟ ਦਾ ਪਤਾ ਚੱਲ ਸਕੇ ਤਾਂ ਕਿਸਾਨ ਵੀਰੋ ਆਓ ਹੁਣ ਆਪਾਂ ਬਹੁਤਾਂ ਗੱਲਾਂ ਨਾ ਕਰਦੇ ਹੋਏ ਗੱਲ ਕਰਦੇ ਹਾਂ ਮੰਡੀਆਂ ਦੇ ਵਿੱਚ ਝੋਨੇ ਦੇ ਰੇਟ ਦੀ ਤਾਂ ਜੇਕਰ ਸ਼ੁਰੂ ਕਰੀਏ ਪੰਜਾਬ ਤੋਂ ਤਾਂ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਈ ਮੰਡੀ ਵਿਖੇ 1509 ਝੋਨੇ ਦਾ ਰੇਟ 3500 3500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਅਟਾਰੀ ਮੰਡੀ ਦੀ ਤਾਂ ਅਟਾਰੀ ਵਿਖੇ 1509 ਹੱਥ ਵਾਲੇ ਦਾ ਰੇਟ 3699 ਰੁਪਏ ਪ੍ਰਤੀ ਕੁਇੰਟਲ ਅਤੇ ਕੰਬਾਈਨ ਵਾਲੇ ਦਾ ਰੇਟ 3550 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈ ਅਤੇ ਹਰਸ਼ੇ ਸ਼ੀਨਾ ਮੰਡੀ ਪੰਜਾਬ ਵਿਖੇ 1509 ਦਾ ਰੇਟ 2800 ਤੋਂ 3578 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਅਤੇ ਜੇ ਗੱਲ ਕਰੀਏ ਦਿੱਲੀ ਦੀ ਨਰੇਲਾ ਮੰਡੀ ਦੀ ਤਾਂ ਡਰੈਲਾ ਵਿਖੇ 1509 ਕੰਬਾਈਨ ਵਾਲੇ ਦਾ ਰੇਟ 3631 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈ ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਡਾਬਰਾ ਮੰਡੀ ਮੱਧਿਆ ਪ੍ਰਦੇਸ਼ ਦੀ ਤਾਂ ਉੱਥੇ 1509 ਝੋਨੇ ਦਾ ਰੇਟ 3201 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਤੇ ਹੁਣ ਜੇ ਗੱਲ ਕਰੀ ਆਪਾਂ ਹਰਿਆਣੇ ਦੀਆਂ ਮੰਡੀਆਂ ਦੀ ਤਾਂ ਹਰਿਆਣਾ ਦੀ ਕੈਂਥਲ ਮੰਡੀ ਵਿਖੇ 1509 ਦਾ ਰੇਟ 3700 ਤੋਂ ਲੈ ਕੇ 3740 ਰੁਪਏ ਪ੍ਰਤੀ ਕੁਇੰਟਲ ਤੱਕ ਹੱਥ ਵਾਲੇ ਦਾ ਅਤੇ 1509 ਕੰਬਾਈਨ ਵਾਲੇ ਦਾ ਰੇਟ 3550 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ। ਉਸ ਤੋਂ ਬਾਅਦ ਤਰਾਵੜੀ ਮੰਡੀ ਵਿਖੇ 1509 ਹੱਥ ਵਾਲੇ ਦਾ ਰੇਟ 3775 ਰੁਪਏ ਪ੍ਰਤੀ ਕੁਇੰਟਲ ਅਤੇ 1509 ਕੰਬਾਈਨ ਵਾਲੇ ਦਾ ਰੇਟ 3200 ਤੋਂ 3580 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਤੇ ਖਰਖੋਦਾ ਮੰਡੀ ਵਿਖੇ 1509 ਹੱਥ ਵਾਲੇ ਦਾ ਰੇਟ 3739 ਰੁਪਏ ਪ੍ਰਤੀ ਕਵਾਂਟਲ ਅਤੇ ਜੇ ਗੱਲ ਕਰੀਏ ਪਲਵਲ ਮੰਡੀ ਦੀ ਤਾਂ ਉਥੇ 1509 ਦਾ ਰੇਟ 3351 ਰੁਪਏ ਪ੍ਰਤੀ ਕਵਾਂਟਲ ਤੱਕ ਵੀ ਕਿਹਾ ਹੈ ਉਸ ਤੋਂ ਬਾਅਦ ਅੱਗੇ ਤੁਰਦੇ ਹਾਂ ਹੁੰਡਲ ਮੰਡੀ ਵੱਲ ਤਾਂ ਉਥੇ 1509 ਦਾ ਰੇਟ 3250 ਰੁਪਏ ਪ੍ਰਤੀ ਕਵਾਂਟਲ ਤੱਕ ਵੀ ਕਿਹਾ ਹੈ ਤੇ ਸਫੀਦੋ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਹੱਥ ਵਾਲੇ ਦਾ ਰੇਟ 3752 ਰੁਪਏ ਪ੍ਰਤੀ ਕੁਇੰਟਲ ਅਤੇ ਕੰਬਾਈਨ ਵਾਲੇ ਦਾ ਰੇਟ 3585 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਕਿਹਾ ਹੈ ਤਾਂ ਢਾਂਡ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ 3390 ਰੁਪਏ ਪ੍ਰਤੀ ਕੁਇੰਟਲ ਅਤੇ ਖੁਰਜਾ ਮੰਡੀ 'ਚ 1509 ਦਾ ਰੇਟ 3700 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਕਿਹਾ ਹੈ ਤੇ ਹੁਣ ਜੇ ਅੱਗੇ ਗੱਲ ਕਰੀਏ ਪੀਹੋਵਾ ਮੰਡੀ ਦੀ ਤਾਂ ਪੀਹੋਵਾ ਵਿਖੇ 1509 ਦਾ ਰੇਟ 3511 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਕਿਆ ਹੈ ਅਤੇ ਹੁਣ ਜੇ ਗੱਲ ਕਰੀਏ ਸਮਾਲ ਖਾਂ ਮੰਡੀ ਦੀ ਤਾਂ ਉਥੇ 1509 ਹੱਥ ਵਾਲੇ ਦਾ ਰੇਟ 3681 ਰੁਪਏ ਪ੍ਰਤੀ ਕੁਇੰਟਲ ਤੱਕ ਅਤੇ 1509 ਕੰਬਾਈਨ ਵਾਲੇ ਦਾ ਰੇਟ 3561 ਰੁਪਏ ਪ੍ਰਤੀ ਕੁਇੰਟਲ ਅਤੇ ਲਾੜਵਾ ਮੰਡੀ ਵਿਖੇ 1509 ਹੱਥ ਵਾਲੇ ਦਾ ਰੇਟ 3775 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਅਤੇ ਕਰਨਾਲ ਮੰਡੀ 'ਚ 1509 ਕੰਬਾਈਨ ਵਾਲੇ ਦਾ ਰੇਟ 3580 ਰੁਪਏ ਪ੍ਰਤੀ ਕੁਇੰਟਲ ਤੇ ਨੀਸਿੰਗ ਮੰਡੀ 'ਚ ਪੀਆਰ 26 ਦਾ ਰੇਟ 1950 ਰੁਪਏ ਪ੍ਰਤੀ ਕੁਇੰਟਲ ਅਤੇ ਨਰਵਾਣਾ ਮੰਡੀ ਵਿਖੇ 1509 ਕੰਬਾਈਨ ਵਾਲੇ ਦਾ ਰੇਟ 3616 ਰੁਪਏ ਪ੍ਰਤੀ ਕੁਇੰਟਲ ਤੇ ਚੀਕਾ ਮੰਡੀ ਚ 1509 3640 ਰੁਪਏ ਬਰਵਾਲਾ ਮੰਡੀ ਵਿਖੇ 1509 3501 ਰੁਪਏ ਨਰਵਾਣਾ ਮੰਡੀ ਚ 1509 3616 ਰੁਪਏ ਕਰੋਂਡਾ ਮੰਡੀ 'ਚ 1509 ਕੰਬਾਈਨ ਵਾਲਾ 3461 ਰੁਪਏ, ਤੋਹਾਣਾ ਮੰਡੀ 'ਚ 1509 3700 ਰੁਪਏ ਪ੍ਰਤੀ ਕੁਇੰਟਲ, ਸੋਨੀਪੱਤ ਮੰਡੀ 'ਚ 1509 ਹੱਥ ਵਾਲਾ 3780 ਰੁਪਏ ਅਤੇ ਕੰਬਾਈਨ ਵਾਲਾ 1509 3581 ਰੁਪਏ, ਪਾਣੀਪੱਤ ਮੰਡੀ ਵਿਖੇ 1509 ਕੰਬਾਈਨ ਵਾਲਾ 3511 ਰੁਪਏ ਪ੍ਰਤੀ ਕੁਇੰਟਲ, ਤੇ ਜਖਲ ਮੰਡੀ ਵਿਖੇ 1509 3750 ਰੁਪਏ ਪ੍ਰਤੀ ਕੁਇੰਟਲ ਹੱਥ ਵਾਲਾ ਅਤੇ ਕੰਬਾਈਨ ਵਾਲੇ ਦਾ ਰੇਟ 3650 ਰੁਪਏ। ਤੇ ਕਲਾਇਤ ਮੰਡੀ ਵਿਖੇ 1509 ਕੰਬਾਈਨ ਵਾਲੇ ਦਾ ਰੇਟ 3400 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਤਾਂ ਕਿਸਾਨ ਵੀਰੋ ਕਿਸਾਨ ਵੀਰੋ ਹੁਣ ਜੇ ਗੱਲ ਕਰੀ ਆਪਾਂ ਯੂਪ ਦੀਆਂ ਮੰਡੀਆਂ ਦੀ ਤਾਂ ਉੱਥੇ ਜੰਗੀਰਾਬਾਦ ਮੰਡੀ 'ਚ 1509 ਕੰਬਾਈਨ ਵਾਲਾ 3000 ਰੁਪਏ ਪ੍ਰਤੀ ਕੁਇੰਟਲ ਅਤੇ 1509 ਹੱਥ ਵਾਲਾ 3600 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਅਤੇ ਗੜ ਮੁਕਤੇਸ਼ਵਰ ਮੰਡੀ 'ਚ 1500 ਤੋਂ ਹੱਥ ਵਾਲਾ 3400 ਰੁਪਏ ਤੋਂ ਲੈ ਕੇ 3651 ਰੁਪਏ ਪ੍ਰਤੀ ਕਵਾਂਟਲ ਤੱਕ ਤਾਂ ਕਿਸਾਨ ਵੀਰੋ ਇਹ ਸਨ ਅੱਜ ਦੇ ਹਰਿਆਣਾ ਪੰਜਾਬ ਅਤੇ ਯੂਪੀ ਦੀਆਂ ਕੁਝ ਮੰਡੀਆਂ ਦੇ ਤਾਜ਼ਾ ਰੇਟ ਤਾਂ ਐਸੇ ਤਰ੍ਹਾਂ ਹੀ ਚੈਨਲ ਨਾਲ ਆਪਣਾ ਪਿਆਰ ਬਣਾਈ ਰੱਖੋ ਅਤੇ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਜੋ ਵੀਰ ਫੇਸਬੁੱਕ ਪੇਜ ਤੇ ਹਨ ਉਹ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤੇ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ